कारण जी ਅਸੀਂ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਉਹਦੀ ਯਾਦ ਦੇ ਵਿੱਚ ਅਸੀਂ ਕੇਸਰੀ ਅੱਜ ਮਾਰਚ ਸ਼ੁਰੂ ਕੀਤਾ ਤਾਂ ਜੋ ਸਾਡੇ ਵੱਲੋਂ ਵੀ ਉਹਨੂੰ ਸ਼ਰਧਾਂਜਲੀ ਦੇ ਸਕੀਏ। ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਜਿਹੜਾ ਸੰਗਰੂਰ ਵੱਲੋਂ ਕੀਤਾ ਗਿਆ ਉਹਨੂੰ ਯਾਦ ਕਰਨ ਲਈ ਉਹਦੇ ਸਿਧਾਂਤਾਂ ਨੂੰ ਪਛਾਣਨ ਲਈ ਤੇ ਅਸੀਂ ਇੱਕ ਦੂਜੇ ਨਾਲ ਅਸੀਂ ਸਾਂਝੇ ਕਰ ਸਕੀਏ। ਦੇਖੋ ਹਾਦਸਾ ਉਹ ਨਹੀਂ ਹਾਦਸਾ ਜਾਂ ਕੀ ਸਾਜਿਸ਼ ਹੈ ਇਹਦੇ ਲਈ ਅਸੀਂ ਮੰਗ ਕਰਦੇ ਹਾਂ ਵੀ ਕੋਈ ਵਧੀਆ ਇਹਦੀ ਕੋਈ ਪੈਰਵੀ ਕੀਤੀ ਜਾਵੇ ਕਿਸੇ ਰਿਟਾਇਰਿੰਗ ਜੱਜ ਔਰ ਸਿੱਖ ਜੱਜ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਤੋਂ ਚੰਗੀ ਤਰ੍ਹਾਂ ਇਹਦੀ ਜਾਂਚ ਹੋਵੇ ਜੋ ਲੋਕਾਂ ਦੇ ਸਾਹਮਣੇ ਆਵੇ ਇਹ ਸਾਡੀ ਮੰਗ ਹੈ। ਵੋਟਾਂ ਨਾਲ ਸੰਬੰਧਿਤ ਹੋ ਸਕਦਾ ਕਿਉਂਕਿ ਜਦੋਂ ਤੋਂ ਕਿਸਾਨ ਬਿੱਲ ਸ਼ੁਰੂ ਹੋਏ ਨੇ ਉਦੋਂ ਤੋਂ ਦੀਪ ਸਿੱਧੂ ਨਿਰੰਤਰ ਇਸ ਦੇ ਵਿੱਚ ਸੀਗਾ ਉਹਦੀ ਉੱਥੇ ਵੀ ਬਹੁਤ ਵੱਡੀ ਸ਼ਮੂਲੀਅਤ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰ ਸਿੰਘ ਮਾਨ ਦੀ ਹਮਾਇਤ ਲਈ ਨਿਰੰਤਰ ਉਹ ਅਮਰਗੜ੍ਹ ਦੇ ਵਿੱਚ ਸਰਗਰਮ ਸੀ ਅਤੇ ਉਹ ਸੈਂਟਰਾਂ ਦੇ ਜ਼ਰੂਰ ਨਿਗਾਹ 'ਚ ਸੀ। ਦੀਪ ਸਿੱਧੂ ਨੇ ਖੁਦ ਵੀ ਇਹ ਬਿਆਨ ਦਿੱਤੇ ਨੇ ਵੀ ਮੈਨੂੰ ਲਗਾਤਾਰ ਇਸ ਚੀਜ਼ਾਂ ਦੇ ਧਮਕੀਆਂ ਔਰ ਵਾਰਨਿੰਗਾਂ ਆਉਂਦੀਆਂ ਰਹੀਆਂ ਨੇ। ਕਾਰਨ ਹੋ ਸਕਦਾ ਵੀ ਵੋਟਾਂ ਦੇ ਨੇੜੇ ਆ ਕੇ ਉਸ ਚੀਜ਼ ਨੂੰ ਠੱਲ ਪਾਈ, ਪਰ ਇਹ ਉਲਟ ਹੋਇਆ ਵੀ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਜੋ ਉਹ ਸਿਧਾਂਤ ਨੌਜਵਾਨਾਂ ਨੂੰ ਦਿੰਦਾ ਸੀ, ਜਾਗਰੂਕ ਕਰਦਾ ਸੀ, ਉਹ ਨੌਜਵਾਨਾਂ ਨੇ ਸਮਝ ਲਿਆ ਅਤੇ ਆਪਣੀ ਜ਼ਿੰਮੇਵਾਰੀ ਨੂੰ ਲੈ ਕੇ ਇਹਨੂੰ ਆਪਣੇ ਹੱਥ 'ਚ ਲਿਆ ਅਤੇ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਮਤਲਬ ਪੱਬਾਂ ਭਾਰ ਲੋਕ ਹੋਏ। ਹਰਪਾਲ ਕੌਰ ਆ ਜੀ, ਹਰਪਾਲ ਕੌਰ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਪ੍ਰਧਾਨ। ਕਾਰਨ ਇਹ ਹੈ ਜੀ, ਸਾਡੀ ਕੌਮ ਦਾ ਹੀਰਾ ਦੀਪ ਸਿੱਧੂ ਜੀ ਨੇ ਨੌਜਵਾਨਾਂ ਦੇ ਵਿੱਚ ਜੋਸ਼ ਭਰਿਆ, ਇਹ ਗੰਦੀ ਸਿਆਸਤ ਦੀ ਭੇਟ ਚੜ ਗਿਆ। ਦੀਪ ਸਿੱਧੂ ਦਾ ਕਤਲ ਹੋਇਆ ਕਿ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਹੋਇਆ, ਉਹ ਬਹਾਨਾ ਬਣਾਇਆ ਗਿਆ। ਅਸੀਂ ਪੂਰੋ ਜੂਰੇ ਮੰਗ ਕਰ ਰਹੇ ਹਾਂ ਕਿ ਦੀਪ ਸਿੱਧੂ ਦੀ ਨਿਰਪੱਖ ਜਾਂਚ ਹੋਵੇ ਉਹਦੇ ਕਤਲ ਦੀ। ਉਹਦਾ ਕਤਲ ਕੀਤਾ ਗਿਆ ਕਿ ਨੌਜਵਾਨਾਂ 'ਚ ਇਹੋ ਜਿਹੇ ਜੋਸ਼ ਅਤੇ ਜੋਸ਼ ਭਰ ਗਿਆ ਸੀ, ਉਹ ਸਾਡੀ ਕੌਮ ਦਾ ਅਨਮੋਲ ਹੀਰਾ ਸੀ ਜੋ ਸਾਤੋਂ ਗੁੰਮ ਹੋ ਗਿਆ। ਇਹੋ ਜਿਹਾ ਹੀਰਾ ਸਾਨੂੰ ਨਹੀਂ ਲੱਭਣਾ, ਪਰ ਸਾਡੇ ਨੌਜਵਾਨਾਂ ਤੋਂ ਇੰਨਾ ਕੁ ਜੋਸ਼ ਭਰ ਗਿਆ। ਨੌਜਵਾਨ ਉਹਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਅੱਜ ਇਕੱਠੇ ਹੋਏ ਨੇ। ਇਹ ਇੱਕ ਇੱਕ ਨੌਜਵਾਨ ਉਹਦੀ ਸੋਚ ਨੂੰ ਅਪਣਾਉਂਦਾ ਅਤੇ ਉਹਦੀ ਸੋਚ 'ਤੇ ਪਹਿਰਾ ਦਿੰਦਾ। ਸਰਕਾਰਾਂ ਹਮੇਸ਼ਾ ਹੀ ਐਂ ਕਰਦੀਆਂ ਹੀ ਆਈਆਂ, ਇੱਕ ਤਾਂ ਅੱਜ ਨਹੀਂ ਹੋਇਆ ਸਾਡੇ ਨਾਲ, ਸ਼ੁਰੂ ਤੋਂ ਹੀ ਸਿੱਖਾਂ ਨਾਲ ਘੱਟ ਗਿਆ ਸੀ, ਸਾਨੂੰ ਸਮਝ ਕੇ ਇਹ ਜ਼ੁਲਮ ਹੋਏ ਨੇ। ਪਰ ਅਸੀਂ ਪੂਰੋ ਜ਼ੋਰ ਮੰਗ ਕਰਦੇ ਹਾਂ ਸਾਡੀ ਕੌਮ ਦੇ ਅਨਮੋਲ ਹੀਰੇ ਦਾ ਜੋ ਕਤਲ ਹੋਇਆ ਉਹਦੀ ਜਾਂਚ ਕੀਤੀ ਜਾਵੇ, ਸਾਨੂੰ ਇਨਸਾਫ ਦਿੱਤਾ ਜਾਵੇ। ਕਾਰਨ ਇਹ ਹੈ, ਜਦੋਂ ਉਹਨੇ ਦਿੱਲੀ ਦੇ ਉੱਤੇ ਨਿਸ਼ਾਨ ਸਾਹਿਬ ਚੜ੍ਹਾਤਾ ਸੀ ਏਜੰਸੀਆਂ ਦੀ ਅੱਖ ਦੇ ਵਿੱਚ, ਉਦੋਂ ਦਾ ਹੀ ਰੜਕਦਾ ਸੀ। ਆਰਐਸਐਸ ਦੀ ਅੱਖ ਦੇ ਵਿੱਚ ਉਦੋਂ ਦਾ ਹੀ ਰੜਕਦਾ ਸੀ। ਵੋਟਾਂ ਦੇ ਕੋਲੇ ਜਾ ਕੇ ਇਹ ਇੱਕ ਸਾਜਿਸ਼ ਸੀ, ਸਾਜਿਸ਼ ਦੇ ਤਹਿਤ ਵੀ ਸਾਰੇ ਵੋਟਾਂ ਦੇ ਵਿੱਚ ਉਲਝੇ ਹੋਏ ਨੇ ਤੇ ਅਸੀਂ ਇੱਧਰ ਇਹਨੂੰ ਕਤਲ ਕਰ ਦਈਏ, ਇੱਕ ਸਾਜਿਸ਼ ਦੇ ਤਹਿਤ ਹੋਇਆ। ਇਹ ਕੋਈ ਆਮ ਮੌਤ ਨਹੀਂ, ਇੱਕ ਬਹੁਤ ਵੱਡੀ ਸਾਜਿਸ਼।